ਗੱਲ ਸੁਣ, ਤੂੰ ਮੇਰੀ ਗੱਲ ਸੁਣ, ਉਹ ਜਮਾ ਠੀਕ ਆ, ਜਮਾ ਠੀਕ ਆ, ਠੀਕ ਆ, ਠੀਕ ਆ, ਚੁੱਪ ਕਰ, ਚੁੱਪ ਕਰ, ਚੁੱਪ ਕਰ, ਸਾਨੂੰ ਜੀ 100 ਕੰਟਰੋਲ ਰੂਮ ਤੋਂ ਸਾਨੂੰ ਇਨਫੋਰਮੇਸ਼ਨ ਆਈ ਕਿ ਇਸ ਤਰ੍ਹਾਂ ਸੈਕਰੇਟ ਹਾਰਟ ਸਕੂਲ ਦਸਾਂ ਰੋਡ ਤੋਂ ਉਹਦੇ ਮਗਲੇ ਪਾਸੇ ਕੋਈ ਮਜ਼ਦੂਰ ਨੀਆਪੁੱਟ ਦੇ ਥੱਲੇ ਆ ਗਏ ਆ। ਅਸੀਂ ਮੌਕੇ 'ਤੇ ਪੁੱਜੇ ਆ, ਨਾਲ ਜੇ ਸੀ ਬੀ ਮੌਕੇ 'ਤੇ ਪੁੱਜ ਗਈ ਅਤੇ ਮਜ਼ਦੂਰਾਂ ਨੂੰ ਥੱਲਿਓਂ ਜੇ ਸੀ ਬੀ ਦੀ ਸਹਾਇਤਾ ਨਾਲ ਥੱਲਿਓਂ ਕੱਢ ਕੇ ਸਿਵਲ ਹਸਪਤਾਲ ਮੋਗਾ ਲਏ ਜੀ। ਹੁਣ ਮਤਲਬ ਸਥਿਤੀ ਮਤਲਬ ਠੀਕ ਆ ਜੀ, ਦੋਵੇਂ ਮਤਲਬ ਰਾਜ਼ੀ ਖੁਸ਼ੀ ਆ, ਬਚ ਗਏ ਮਹਾਰਾਜ ਦੀ ਕਿਰਪਾ ਨਾਲ। ਅਤੇ ਜੋ ਵੀ ਅਗਲੀ ਇਹਨਾਂ ਦਾ ਸਟੇਟਮੈਂਟ ਲਿਖਾਂਗੇ, ਜੋ ਵੀ ਬਣਦੀ ਕਾਨੂੰਨੀ ਕਾਰਵਾਈ ਆ ਮਦਦ 'ਚ ਲਿਆਦੀ ਜਾਵੇ। ਕਿੰਨੀ ਦੇਰ ਵਾਰ ਕੱਟੇ ਰਹੇ ਜੀ? ਬਸ ਮੈਨੂੰ ਲੱਗਦਾ ਨਾਲੋ ਨਾਲ ਜੀ ਬਹੁਤ ਵਧੀਆ ਹੋ ਗਿਆ। ਜਿਹੜਾ ਜੇ ਸੀ ਬੀ ਮੌਕੇ 'ਤੇ ਆ ਗਈ, ਮੇਅਰ ਸਾਹਿਬ ਵੀ ਮੌਕੇ 'ਤੇ ਆ ਗਏ, ਪੁਲਿਸ ਪਾਰਟੀ ਵੀ ਮੌਕੇ 'ਤੇ ਪਹੁੰਚ ਗਈ, ਸਾਰਿਆਂ ਦੀ ਸਹਾਇਤਾ ਨਾਲ, ਜੇ ਸੀ ਬੀ ਦੀ ਸਹਾਇਤਾ ਨਾਲ ਆਪਾਂ ਨਾਲ ਦੀ ਨਾਲ ਹੀ ਐਕਸ਼ਨ ਹੋ ਗਿਆ ਜੀ, ਨਾਲ ਦੀ ਨਾਲ ਹੀ ਕੱਢ ਲਏ ਤਾਂ ਕਰਕੇ ਉਹਨਾਂ ਦੀ ਜਾਨ ਬਚ ਗਈ। ਮਾਮਲਾ ਜੀ ਇਹ ਜਿਹੜੀ ਘਰ ਦੀ ਉਸਾਰੀ ਸ਼ੁਰੂ ਕਰਨੀ ਸੀ, ਜਿਹੜੀ ਕਿ ਨੀਆਂ ਦੀ ਪਟਾਈ ਕਰ ਰਹੇ ਸੀ, ਕਿਉਂਕਿ ਨੀਆਂ ਕਰੀਬ 6-7 ਫੁੱਟ ਡੂੰਘੀਆਂ ਸੀ, ਜਦ ਕਾਰਨ ਇਹ ਜਿਹੜਾ ਹਾਦਸਾ ਹੋਇਆ, ਕਿਉਂਕਿ ਨੀਹਾਂ ਡੂੰਘੀਆਂ ਜ਼ਿਆਦਾ ਸੀ ਅਤੇ ਡਿੱਗ ਡਿੱਗ ਗਈ, ਅਤੇ ਇੱਕ ਤਾਂ ਵੀਰ ਸਾਡਾ ਜਿਹੜਾ ਤਕਰੀਬਨ ਨਾਲ ਦੀ ਨਾਲ ਆਪੇ ਨਿਕਲਿਆ, ਅਤੇ ਜਿਹੜਾ ਦੂਸਰਾ ਸੀਗਾ ਉਹ JVC ਮਸ਼ੀਨ ਦੀ ਨਾਲ ਬਾਹਰ ਕੱਢਿਆ ਗਿਆ। ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ? ਅਤੇ ਕਿਉਂਕਿ ਮੋਗੇ ਸ਼ਹਿਰ ਦੇ ਵਿੱਚ ਸਾਡੀਆਂ ਸੇਵਾਵਾਂ ਨਿਰੰਤਰ ਹੀ 24 ਘੰਟੇ ਸੇਵਾ ਵਿੱਚ ਸਮਰਪਿਤ ਆ ਸਾਡੇ ਜਿੰਨੇ ਵੀ ਸੇਵਾਦਾਰ ਆ, ਕਿਉਂਕਿ ਸਾਨੂੰ ਐਮਰਜੈਂਸੀ ਕਾਲਜ ਨਾਲ ਦੀ ਨਾਲ ਹੀ ਅਸੀਂ ਜਿਹੜੇ ਘਟਨਾ ਸਥਾਨ 'ਤੇ ਪਹੁੰਚਦੇ, ਜਿਸ ਨੂੰ ਕਿ JVC ਮਸ਼ੀਨ ਦੀ ਨਾਲ ਵੀਰ ਨੂੰ ਬਾਹਰ ਕੱਢਿਆ ਗਿਆ ਅਤੇ ਸਿਵਲ ਹਸਪਤਾਲ ਮੋਗਾ ਵਿਖੇ ਇਹਨੂੰ ਦਾਖਲ ਕਰਵਾਇਆ। ਕਿੰਨਾ ਟਾਈਮ ਲੱਗਿਆ ਕੱਢਣ ਨੂੰ? ਕਰੀਬ 1/2 ਘੰਟਾ ਲੱਗ ਗਿਆ ਜੀ, ਕਿਉਂਕਿ ਨੀਂਹ ਜ਼ਿਆਦਾ ਡੂੰਘੀ ਸੀ, 6-7 ਫੁੱਟ, ਕਿਉਂਕਿ ਪਹਿਲਾਂ JVC ਮਸ਼ੀਨ ਮੰਗਾਈ, ਕਿਉਂਕਿ ਜੇ ਹੱਥਾਂ ਨਾਲ ਪਟਾਈ ਕਰਦੇ ਤਾਂ ਹੋਰ ਵੀ ਟਾਈਮ ਲੱਗ ਜਾਣਾ ਸੀ ਅਤੇ ਹੋ ਸਕਦਾ ਵੀਰ ਦੀ ਜਾਨ ਵੀ ਜਾ ਸਕਦੀ। ਉਹ ਸੱਚੇ ਪਾਤਸ਼ਾਹ ਦਾ ਸ਼ੁਕਰ ਕਰਦੇ ਹਾਂ ਵੀ ਵੀਰ ਬਿਲਕੁਲ ਠੀਕ ਆ ਅਤੇ ਹੁਣ ਜੋ ਇਲਾਜ ਅੱਗੇ ਚੱਲੂਗਾ। ਸਾਨੂੰ ਜੀ 100 ਕੰਟਰੋਲ ਰੂਮ ਤੋਂ ਸਾਨੂੰ ਇਨਫੋਰਮੇਸ਼ਨ ਆਈ ਕਿ ਇਸ ਤਰ੍ਹਾਂ ਸੈਕਰੇਟ ਹਾਰਟ ਸਕੂਲ ਦਸਾਂ ਰੋਡ ਤੋਂ ਉਹਦੇ ਮਗਲੇ ਪਾਸੇ ਕੋਈ ਮਜ਼ਦੂਰ ਨੀਆਪੁੱਟ ਦੇ ਥੱਲੇ ਆ ਗਏ ਆ। ਅਸੀਂ ਮੌਕੇ 'ਤੇ ਪੁੱਜੇ ਆ, ਨਾਲ JCB ਮੌਕੇ 'ਤੇ ਪੁੱਜ ਗਈ ਅਤੇ ਮਜ਼ਦੂਰਾਂ ਨੂੰ ਥੱਲਿਓਂ JCB ਦੀ ਸਹਾਇਤਾ ਨਾਲ ਥੱਲਿਓਂ ਕੱਢ ਕੇ ਸਿਵਲ ਹਸਪਤਾਲ ਮੋਗਾ ਲਏ ਜੀ। ਹੁਣ ਮਤਲਬ ਸਥਿਤੀ ਮਤਲਬ ਠੀਕ ਆ ਜੀ, ਦੋਵੇਂ ਮਤਲਬ ਰਾਜ਼ੀ ਖੁਸ਼ੀ ਆ, ਬਚ ਗਏ ਮਹਾਰਾਜ ਦੀ ਕਿਰਪਾ ਨਾਲ। ਅਤੇ ਜੋ ਵੀ ਅਗਲੀ ਇਹਨਾਂ ਦਾ ਸਟੇਟਮੈਂਟ ਲਿਖਾਂਗੇ, ਜੋ ਵੀ ਬਣਦੀ ਕਾਨੂੰਨੀ ਕਾਰਵਾਈ ਆ ਮਦਦ 'ਚ ਲਿਆਦੀ ਜਾਵੇ। ਕਿੰਨੀ ਦੇਰ ਵਾਰ ਕੱਟੇ ਰਹੇ ਜੀ? ਬਸ ਮੈਨੂੰ ਲੱਗਦਾ ਨਾਲੋ ਨਾਲ ਹੀ ਜੀ ਬਹੁਤ ਵਧੀਆ ਹੋ ਗਿਆ। ਜਿਹੜਾ JCB ਮੌਕੇ 'ਤੇ ਆ ਗਈ, ਮੇਅਰ ਸਾਹਿਬ ਵੀ ਮੌਕੇ 'ਤੇ ਆ ਗਏ, ਪੁਲਿਸ ਪਾਰਟੀ ਵੀ ਮੌਕੇ 'ਤੇ ਪਹੁੰਚ ਗਈ, ਸਾਰਿਆਂ ਦੀ ਸਹਾਇਤਾ ਨਾਲ, JCB ਦੀ ਸਹਾਇਤਾ ਨਾਲ ਆਪਾਂ ਨਾਲ ਦੀ ਨਾਲ ਹੀ ਐਕਸ਼ਨ ਹੋ ਗਿਆ ਜੀ, ਨਾਲ ਦੀ ਨਾਲ ਹੀ ਕੱਢ ਲਏ ਤਾਂ ਕਰਕੇ ਉਹਨਾਂ ਦੀ ਜਾਨ ਬਚ ਗਈ। ਮਾਮਲਾ ਜੀ ਇਹ ਜਿਹੜੀ ਘਰ ਦੀ ਉਸਾਰੀ ਸ਼ੁਰੂ ਕਰਨੀ ਸੀ, ਜਿਹੜੀ ਕਿ ਨੀਆਂ ਦੀ ਪਟਾਈ ਕਰ ਰਹੇ ਸੀ, ਕਿਉਂਕਿ ਨੀਆਂ ਕਰੀਬ 6-7 ਫੁੱਟ ਡੂੰਘੀਆਂ ਸੀ, ਜਦ ਕਾਰਨ ਇਹ ਜਿਹੜਾ ਹਾਦਸਾ ਹੋਇਆ, ਕਿਉਂਕਿ ਨੀਹਾਂ ਡੂੰਘੀਆਂ ਜ਼ਿਆਦਾ ਸੀ ਅਤੇ ਡਿੱਗ ਡਿੱਗ ਗਈ, ਅਤੇ ਇੱਕ ਤਾਂ ਵੀਰ ਸਾਡਾ ਜਿਹੜਾ ਤਕਰੀਬਨ ਨਾਲ ਦੀ ਨਾਲ ਆਪੇ ਨਿਕਲਿਆ, ਅਤੇ ਜਿਹੜਾ ਦੂਸਰਾ ਸੀਗਾ ਉਹ JVC ਮਸ਼ੀਨ ਦੀ ਨਾਲ ਬਾਹਰ ਕੱਢਿਆ ਗਿਆ।
ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਤੇ ਕਿਉਂਕਿ ਮੋਗੇ ਸ਼ਹਿਰ ਦੇ ਵਿੱਚ ਸਾਡੀਆਂ ਸੇਵਾਵਾਂ ਨਿਰੰਤਰ ਹੀ 24 ਘੰਟੇ ਸੇਵਾ ਵਿੱਚ ਸਮਰਪਿਤ ਆ ਸਾਡੇ ਜਿੰਨੇ ਵੀ ਸੇਵਾਦਾਰ ਆ ਕਿਉਂਕਿ ਸਾਨੂੰ ਐਮਰਜੈਂਸੀ ਕਾਲਜ ਨਾਲ ਦੀ ਨਾਲ ਹੀ ਅਸੀਂ ਜਿਹੜੇ ਘਟਨਾ ਸਥਾਨ ਤੇ ਪਹੁੰਚਦੇ ਜਿਸ ਨੂੰ ਕਿ JVC ਮਸ਼ੀਨ ਦੀ ਨਾਲ ਵੀਰ ਨੂੰ ਬਾਹਰ ਕੱਢਿਆ ਗਿਆ ਤੇ ਸਿਵਲ ਹਸਪਤਾਲ ਮੋਗਾ ਵਿਖੇ ਇਹਨੂੰ ਦਾਖਲ ਕਰਵਾਇਆ। ਕਿੰਨਾ ਟਾਈਮ ਲੱਗਿਆ ਕੱਢਣ ਨੂੰ? ਕਰੀਬ ਅੱਧਾ ਘੰਟਾ ਲੱਗ ਗਿਆ ਜੀ, ਕਿਉਂਕਿ ਨੀ ਜ਼ਿਆਦਾ ਡੂੰਗੀ ਸੀ 6-7 ਫੁੱਟ, ਕਿਉਂਕਿ ਪਹਿਲਾਂ JVC ਮਸ਼ੀਨ ਮੰਗਾਈ ਕਿਉਂਕਿ ਜੇ ਹੱਥਾਂ ਨਾਲ ਪਟਾਈ ਕਰਦੇ ਤਾਂ ਹੋਰ ਵੀ ਟਾਈਮ ਲੱਗ ਜਾਣਾ ਸੀ ਤੇ ਹੋ ਸਕਦਾ ਵੀਰ ਦੀ ਜਾਨ ਵੀ ਜਾ ਸਕਦੀ। ਉਹ ਸੱਚੇ ਪਾਤਸ਼ਾਹ ਦਾ ਸ਼ੁਕਰ ਕਰਦੇ ਆ ਵੀ ਵੀਰ ਬਿਲਕੁਲ ਠੀਕ ਆ ਤੇ ਹੁਣ ਜੋ ਇਲਾਜ ਅੱਗੇ ਚੱਲੂਗਾ।